60 करोड़ रुपए की लागत के नाल बनिया एक वड्डा पुल मिंटा दे विच ढह ढेरी हो गया। जी हाँ, दस्सदी है कि 52 दिन पहला ही इसका उद्घाटन किया गया सी ते हुण ए पुल टुटना शुरू भी हो गया। यानी कि सीधे शब्दों च कहा जा सकता है कि वड्डे पद्धर दे उत्ते भ्रिष्टाचार इस पुल दे विच होया नजर आ रहा है। ते विधायक जो ने भाजपा दे उन्हां दे वल्लों भी हुण इस नूं लैके जांच दे आदेश दे दित्ते ने। ਤਾਂ ਖਬਰ ਕਾਨਪੁਰ ਤੋਂ ਸਾਹਮਣੇ ਆਈ ਹੈ ਜਿੱਥੇ ਕਿ ਕਈ ਸਾਲਾਂ ਬਾਅਦ ਇਹ ਪੁਲ ਬਣ ਕੇ ਤਿਆਰ ਹੋਇਆ ਸੀ। ਲੋਕਾਂ ਨੂੰ ਵੱਡੀ ਉਮੀਦ ਸੀ ਕਿ ਹੋ ਸਕਦਾ ਹੈ ਇਸ ਪੁਲ ਦੇ ਚੱਲਣ ਦੇ ਨਾਲ ਜੋ ਦੂਰੀਆਂ ਨੇ ਸ਼ਹਿਰ ਦੇ ਨਾਲ ਜੁੜਨ ਦੀਆਂ ਉਹ ਘਟ ਜਾਣਗੀਆਂ, ਪਰ ਇਸ ਪੁਲ ਦੇ ਟੁੱਟਣ ਦੇ ਕਾਰਨ ਹੁਣ ਇਸ ਨੂੰ ਬੰਦ ਕਰ ਦਿੱਤਾ ਗਿਆ, ਜਿਸ ਦੇ ਕਾਰਨ ਇੱਕ ਵਾਰ ਫਿਰ ਤੋਂ ਲੋਕਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਤਾਂ ਦੱਸ ਦਈਏ ਕਿ ਅੱਜ ਮੌਕੇ ਦੇ ਉੱਤੇ ਭਾਜਪਾ ਦੇ ਵਿਧਾਇਕ ਪਹੁੰਚੇ ਨੇ, ਜਿਨ੍ਹਾਂ ਨੇ ਹੁਣ ਲੋਕਾਂ ਨੂੰ ਜਾਂਚ ਦਾ ਆਸ਼ਵਾਸਨ ਦਿੱਤਾ ਹੈ। ਤੇ ਕਾਨਪੁਰ ਤੋਂ ਇਹ ਮਾਮਲਾ ਸਾਹਮਣੇ ਆਇਆ ਜਿੱਥੇ ਕਿ ਕਈ ਸਾਲਾਂ ਬਾਅਦ ਇਹ 60 ਕਰੋੜ ਰੁਪਏ ਦੀ ਲਾਗਤ ਦੇ ਨਾਲ ਪੁਲ ਬਣਿਆ ਸੀ। 52 ਦਿਨ ਪਹਿਲਾਂ ਹੀ ਇਸਦਾ ਉਦਘਾਟਨ ਕੀਤਾ ਗਿਆ ਸੀ, ਜੋ ਕਿ ਹੁਣ ਮਿੰਟਾਂ 'ਚ ਢਹਿ ਢੇਰੀ ਹੋ ਗਿਆ। ਅਤੇ ਇਸਦੀਆਂ ਇਹ ਤਸਵੀਰਾਂ ਸਾਹਮਣੇ ਆਈਆਂ ਨੇ, ਜਿਸ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਜੋ ਪੁਲ ਦੇ ਉੱਪਰ ਸੜਕ ਬਣਾਈ ਗਈ ਸੀ ਉਹ ਵੀ ਟੁੱਟਣੀ ਸ਼ੁਰੂ ਹੋ ਚੁੱਕੀ ਹੈ, ਬਜਰੀ ਉਸਦੀ ਨਿਕਲਣੀ ਸ਼ੁਰੂ ਹੋ ਚੁੱਕੀ ਹੈ। ਅਤੇ ਹੁਣ ਪੁਲ ਦੇ ਉੱਤੇ ਵੱਡੇ ਵੱਡੇ ਟੋਏ ਪੈ ਰਹੇ ਨੇ, ਜਿਸ ਦੇ ਕਾਰਨ ਹੁਣ ਇਸ ਪੁਲ ਨੂੰ ਬੰਦ ਕਰ ਦਿੱਤਾ ਗਿਆ। ਖਤਰਾ ਦੱਸਿਆ ਜਾ ਰਿਹਾ ਕਿ ਜੇਕਰ ਇਸ ਦੇ ਉੱਪਰ ਕੋਈ ਜਾਂਦਾ ਹੈ ਤਾਂ ਕਦੇ ਵੀ ਇਹ ਢਹਿ ਢੇਰੀ ਹੋ ਸਕਦਾ ਹੈ, ਪਰ ਇਸ ਦੇ ਲਈ ਜ਼ਿੰਮੇਵਾਰ ਕੌਣ ਹੈ ਇਸ ਦੇ ਬਾਰੇ ਹਾਲੇ ਕੋਈ ਵੀ ਖੁਲਾਸਾ ਨਹੀਂ ਹੋ ਸਕਿਆ। ਭਾਜਪਾ ਦੇ ਵਿਧਾਇਕ ਦੇ ਵੱਲੋਂ ਆਸ਼ਵਾਸਨ ਦਿੱਤਾ ਗਿਆ ਕਿ ਇਸ ਪੁਲ ਦੀ ਜਾਂਚ ਹੋਵੇਗੀ, ਜਿਹਨੇ ਵੀ ਕੋਈ ਭ੍ਰਿਸ਼ਟਾਚਾਰ ਕੀਤਾ ਹੋਇਆ ਉਸਦੇ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ। ਤਾਂ ਦੱਸ ਦਈਏ ਕਿ ਇਸ ਤੋਂ ਪਹਿਲਾਂ ਜਦੋਂ ਪੁਲ ਢਹਿ ਢੇਰੀ ਹੋ ਰਹੇ ਸੀ ਉਸ ਸਮੇਂ ਖਬਰਾਂ ਬਿਹਾਰ ਤੋਂ ਅਤੇ ਯੂਪੀ ਤੋਂ ਸਾਹਮਣੇ ਆਈਆਂ ਸੀ, ਜਦੋਂ ਦੱਸਿਆ ਜਾ ਰਿਹਾ ਸੀ ਹੜ੍ਹਾਂ ਦੇ ਕਾਰਨ ਪੁਲ ਢਹਿ ਢੇਰੀ ਹੋ ਰਹੇ ਨੇ। ਪਰ ਇੱਥੇ ਜੇਕਰ ਗੱਲ ਕੀਤੀ ਜਾਵੇ ਤਾਂ ਬਿਨਾਂ ਹੜ੍ਹਾਂ ਤੋਂ ਬਿਨਾਂ ਬਰਸਾਤ ਤੋਂ ਹੀ ਹਜੇ 52 ਦਿਨ ਪਹਿਲਾਂ ਹੀ ਇਹ ਪੁਲ ਬਣ ਕੇ ਤਿਆਰ ਹੋਇਆ ਸੀ, ਪਰ ਇਹ ਢਹਿ ਢੇਰੀ ਹੋ ਜਾਣਾ ਆਪਣੇ ਆਪ ਦੇ ਵਿੱਚ ਵੱਡੇ ਸਵਾਲ ਖੜ੍ਹੇ ਕਰਦਾ ਹੈ।